ਲੁਧਿਆਣਾ ਦੇ ਨਗਰ ਨਿਗਮ ਦਫ਼ਤਰ ਦੇ ਬਾਹਰ ਬੀਜੇਪੀ ਅਤੇ ਅਕਾਲੀ ਦਲ ਵੱਲੋਂ ਸ਼ਹਿਰ ਵਿੱਚ ਵਿਕਾਸ ਕਾਰਜ ਨਾ ਹੋਣ ਦੇ ਚਲਦੇ ਨਾਰੇਬਾਜ਼ੀ ਕਰਕੇ ਤਾਲੇਬੰਦੀ ਕੀਤੀ ਗਈ। ਇਸ ਦੌਰਾਨ ਜਿੱਥੇ ਸਮੁੱਚੀ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ, ਉੱਥੇ ਹੀ ਉਹਨਾਂ ਦੀ ਪੁਲਿਸ ਦੇ ਨਾਲ ਧੱਕਾ ਮੁੱਕੀ ਵੀ ਹੋਈ। ਪ੍ਰਦਰਸ਼ਨ ਦੇ ਦੌਰਾਨ ਅਕਾਲੀ ਕੌਂਸਲਰ ਜਸਪਾਲ ਸਿੰਘ ਨੇ ਕਾਂਗਰਸ ਸਰਕਾਰ ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਲੁਧਿਆਣਾ ਦੇ ਮੇਅਰ ਅਤੇ ਕਮਿਸ਼ਨਰ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੇ, ਜਿਸ ਕਾਰਨ ਸਾਰੇ ਕੰਮ ਠੱਪ ਪਏ ਨੇ ਅਤੇ ਜਨਤਾ ਨੂੰ ਜਵਾਬ ਵੀ ਨਹੀਂ ਦੇ ਪਾ ਰਹੇ। ਉਹਨਾਂ ਕਿਹਾ ਕਿ ਇਸ ਸਮੇਂ ਲੁਧਿਆਣਾ ਦੇ ਖਾਸ ਕਰਕੇ ਅਕਾਲੀ ਦਲ ਅਤੇ ਭਾਜਪਾ ਦੇ ਕਿਸੇ ਵੀ ਕੌਂਸਲਰ ਦੇ ਵਾਰਡ ਵਿੱਚ ਕੋਈ ਵੀ ਕੰਮ ਨਹੀਂ ਕਰਵਾਇਆ ਜਾ ਰਿਹਾ, ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਹੀ ਕਾਰਨ ਹੈ ਕਿ ਅੱਜ ਅਕਾਲੀ ਦਲ ਅਤੇ ਭਾਜਪਾ ਨੇਤਾਵਾਂ, ਕੌਂਸਲਰਾਂ ਅਤੇ ਜਨਤਾ ਨੇ ਨਗਰ ਨਿਗਮ ਦਫ਼ਤਰ ਦੀ ਤਾਲਾਬੰਦੀ ਕੀਤੀ ਹੈ। ਖ਼ਬਰ ਲਿਖੇ ਜਾਣ ਤੱਕ ਵੱਡੀ ਗਿਣਤੀ ਵਿੱਚ ਪ੍ਰਦਰਸ਼ਨਕਾਰੀ ਨਿਗਮ ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਬੈਠੇ ਸਨ। ਅੱਜ ਅਸੀਂ ਸਾਰੇ ਜਥੇਦਾਰ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ, ਸਾਰੇ ਅਕਾਲੀ ਦਲ ਔਰ ਬੀਜੇਪੀ ਦੇ ਸਾਰੇ ਮੈਂਬਰ ਸਾਹਿਬਾਨ ਔਰ ਕੌਂਸਲ ਸਾਹਿਬਾਨ ਨੇ ਇੱਥੇ ਧਰਨਾ ਲਾਇਆ। ਸ਼ਹਿਰ ਦੀ ਬੁਰੀ ਹਾਲਤ, ਸੜਕਾਂ ਟੁੱਟੀਆਂ ਹੋਈਆਂ, ਸ਼ਹਿਰ ਕੋਈ ਫੰਡ ਨਹੀਂ, ਕੈਪਟਨ ਦੀ ਸਰਕਾਰ, ਕਾਂਗਰਸ ਸਰਕਾਰ ਡੇਢ ਸਾਲ ਤੋਂ ਆਈ ਆ, ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ। ਸੜਕਾਂ 'ਤੇ ਟੋਏ, ਸਾਰੇ ਪੁਲ ਬੰਦ, ਸਾਰੇ ਸੀਵਰੇਜ ਬੰਦ, ਲੋਕਾਂ ਨੂੰ ਗੰਦਾ ਪਾਣੀ ਪੀਣ 'ਤੇ ਮਜਬੂਰ ਹੋਣਾ ਪੈ ਰਿਹਾ। ਇਹਨਾਂ ਨੂੰ ਸੁੱਤੀ ਸਰਕਾਰ ਜਗਾਉਣ ਨੂੰ ਅਸੀਂ ਸਮੇਂ ਸਿਰ ਇਹਨਾਂ ਨੂੰ ਜਗਾਉਣ ਲਈ ਇਕੱਠੇ ਹੁੰਦੇ ਰਹਿੰਦੇ ਹਾਂ, ਪਰ ਇਹਨਾਂ ਦੇ ਕੰਨ 'ਤੇ ਜੂ ਨਹੀਂ ਸਰਕਦੀ। ਚਾਹੇ ਮਨਪ੍ਰੀਤ ਬਾਦਲ ਆਓ ਕਹਿੰਦਾ ਬਠਿੰਡੇ ਦੀ ਤਰੱਕੀ ਕਰਾਉਣੀ ਹੈ, ਕੈਪਟਨ ਕਹਿੰਦਾ ਮੈਂ ਪਟਿਆਲੇ ਦੀ ਕਰਾਉਣੀ ਹੈ, ਸਿੱਧੂ ਸਾਹਿਬ ਦਾ ਫੰਡ ਪਤਾ ਹੀ ਨਹੀਂ, ਪਰ ਲੁਧਿਆਣਾ ਸ਼ਹਿਰ ਜਿਹਨੂੰ ਇੰਡਸਟਰੀਅਲ ਔਰ ਮਾਨਚੈਸਟਰ ਆਫ ਇੰਡੀਆ ਕਿਹਾ ਜਾਂਦਾ, ਇੱਥੇ 1 ਰੁਪਏ ਦਾ ਵੀ ਫੰਡ ਨਹੀਂ। ਜੇ ਤੁਸੀਂ ਇੰਡਸਟਰੀ ਦੀਆਂ ਸੜਕਾਂ ਜਾ ਕੇ ਦੇਖੋ, ਬੁਰਾ ਹਾਲ ਹੈ। ਜੇ ਸੀਵਰੇਜ ਇੰਡਸਟਰੀ ਦਾ ਦੇਖੋ, ਬੁਰਾ ਹਾਲ ਹੈ। ਜੇਕਰ ਬਾਹਰੋਂ ਕੋਈ ਸਾਡਾ ਗੈਸਟ ਆਉਂਦਾ, ਕੋਈ ਵੀ ਟ੍ਰੈਫਿਕ ਜਾਮ 4-4 ਘੰਟੇ ਦਾ ਲੱਗ ਰਿਹਾ, ਪਰ ਨਾ ਕੋਈ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ, ਨਾ ਕਿਸੇ ਅਫਸਰ ਸਾਹਿਬਾਨ ਨੂੰ, ਨਾ ਕੋਈ ਕੈਪਟਨ ਸਰਕਾਰ ਨੂੰ ਇੱਥੇ ਕੋਈ ਫਰਕ ਪੈ ਰਿਹਾ। ਸ਼ਹਿਰ ਦਾ ਸੱਤਿਆਨਾਸ ਕਰਤਾ, ਬੇੜਾ ਗਰਕ ਕਰਤਾ ਲੁਧਿਆਣੇ ਸ਼ਹਿਰ ਦਾ। ਨਗਰ ਨਿਗਮ ਦਾ ਬਜਟ 400 ਕਰੋੜ ਦੀ ਕਟੌਤੀ ਕਰਤੀ ਇਹਨਾਂ ਨੇ, ਜਿਹੜੀ ਮੈਨੂੰ ਸਮਝ ਨਹੀਂ ਆਈ, ਵਧਾਉਣ ਦੀ ਬਜਾਏ ਕਟੌਤੀ ਕਰੇ ਜਾ ਰਹੀ ਹੈ। ਸਿੱਧੂ ਸਾਹਿਬ ਲੁਧਿਆਣੇ ਨਾਲ ਪਤਾ ਨਹੀਂ ਕਿਹੜੀ ਦੁਸ਼ਮਣੀ ਕੱਢ ਰਹੇ ਨੇ, ਔਰ ਇੱਥੇ ਦੇ ਜਿੰਨੇ ਵੀ ਇਹਨਾਂ ਦੇ ਲੀਡਰ ਸਾਹਿਬਾਨ ਆ, ਸੁੱਤੇ ਪਏ ਨੇ। 1.5 ਸਾਲ ਹੋ ਗਿਆ 1 ਰੁਪਿਆ ਫੰਡ ਲਿਆਉਣ 'ਚ, ਨਾ ਇਹਨਾਂ ਦਾ ਕੋਈ MLA ਕਾਮਯਾਬ ਹੋਇਆ, ਨਾ ਇਹਨਾਂ ਦਾ ਕੋਈ ਮੰਤਰੀ ਕਾਮਯਾਬ ਹੋਇਆ, ਨਾ ਇਹਨਾਂ ਦੇ ਮੇਅਰ ਸਾਹਿਬ ਤੋਂ ਕੋਈ ਫੰਡ ਲਿਆ ਹੋਇਆ, ਨਾ ਇਹਨਾਂ ਦੇ ਕੋਈ ਕਮਿਸ਼ਨਰ ਤੋਂ ਫੰਡ ਲਿਆ ਹੋਇਆ। ਅੱਜ ਅਸੀਂ ਆਏ ਹਾਂ ਵੀ ਕਾਰਪੋਰੇਸ਼ਨ ਨੇ ਜਦੋਂ ਕੋਈ ਕੰਮ ਹੀ ਨਹੀਂ ਕਰਨਾ, ਇਹ ਤਨਖਾਹਾਂ ਲੈ ਕੇ ਅਫਸਰ ਘਰੇ ਜਾਈ ਚਲੇ ਜਾਈ ਜਾਂਦੇ ਆ, ਕਿਉਂ ਨਾ ਇਸ ਨੂੰ ਤਾਲਾ ਹੀ ਲਾ ਦਿੱਤਾ ਜਾਵੇ। ਅੱਜ ਅਸੀਂ ਸਾਰੇ ਇਹਨੂੰ ਤਾਲਾ ਲਾਉਣ ਲਈ ਆਏ ਹਾਂ, ਔਰ ਅਸੀਂ ਇੱਥੇ ਤਾਲਾ ਲਾਇਆ ਕਾਰਪੋਰੇਸ਼ਨ ਦਫ਼ਤਰਾਂ ਦੇ ਵਿੱਚ, ਤਾਂ ਕਿ ਜੇ ਕੋਈ ਕੰਮ ਹੈ ਹੀ ਨਹੀਂ, ਕੋਈ ਫੰਡ ਹੈ ਹੀ ਨਹੀਂ, ਹਰ ਕੌਂਸਲਰ ਨੂੰ ਇੱਕ ਕਿਹਾ ਜਾਂਦਾ ਫੰਡ ਹੈ ਨਹੀਂ, ਤਨਖਾਹਾਂ ਦੇਣ ਲਈ ਫੰਡ ਹੈ ਨਹੀਂ, ਕੋਈ ਵੀ ਕੌਂਸਲਰ ਦੀ ਤਨਖਾਹ ਨਹੀਂ ਰਿਲੀਜ਼ ਕਰ ਸਕੇ 5 ਸਾਲ ਹੋ ਗਏ। ਕਿਸੇ ਸਫਾਈ ਕਰਮਚਾਰੀ ਨੂੰ ਤਨਖਾਹ ਨਹੀਂ ਮਿਲ ਰਹੀ, ਕਿਸੇ ਸਫਾਈ ਸੇਵਕ ਨੂੰ ਤਨਖਾਹ ਨਹੀਂ ਮਿਲ ਰਹੀ। ਸੋ ਇਹਨਾਂ ਨੂੰ ਅੱਜ ਜਗਾਉਣ ਆਏ ਹਾਂ, ਤਾਲਾ ਲਾਉਣ ਆਏ ਹਾਂ, ਕਿਉਂ ਲੋਕਾਂ ਦਾ ਨੁਕਸਾਨ ਕਰਦੇ ਹੋ, ਤਾਂ ਕਿ ਇਹਨਾਂ ਨੂੰ ਅਸਤੀਫਾ ਦੇ ਕੇ ਨੈਤਿਕਤਾ ਤੌਰ 'ਤੇ ਘਰੇ ਬਹਿ ਜਾਣਾ ਚਾਹੀਦਾ, ਔਰ ਸਾਡੀ ਸਰਕਾਰ ਸਰ ਸੁਖਬੀਰ ਸਿੰਘ ਬਾਦਲ ਨੂੰ ਮੌਕਾ ਦੇਣਾ ਚਾਹੀਦਾ, ਤਾਂ ਕਿ ਲੁਧਿਆਣੇ ਦੀ ਕੋਈ ਤਰੱਕੀ ਹੋ ਸਕੇ, ਪੰਜਾਬ ਸਰਕਾਰ ਕੋਈ ਸਾਡੀ ਕੰਮ ਕਰ ਸਕੇ ਆ ਕੇ। ਜੇਕਰ ਨਹੀਂ ਕੰਮ ਹੁੰਦਾ, ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇ ਦੇਣ ਕੈਪਟਨ ਸਾਹਿਬ ਦੀ ਸਰਕਾਰ ਤੋਂ, ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਬਹੁਤ ਬਹੁਤ ਧੰਨਵਾਦ। ਅੱਜ ਸ਼੍ਰੋਮਣੀ ਅਕਾਲੀ ਦਲ ਔਰ ਭਾਰਤੀ ਜਨਤਾ ਪਾਰਟੀ ਦੇ ਸਾਰੇ ਵਰਕਰ ਸਾਹਿਬਾਨ ਨੇ ਲੁਧਿਆਣੇ ਦੀ ਜਨਤਾ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ, ਕਿਉਂਕਿ ਲੁਧਿਆਣੇ ਦੇ ਵਿੱਚ ਸੜਕਾਂ 'ਤੇ ਪਾਣੀ ਹੀ ਪਾਣੀ ਹੈ, ਬੁੱਢਾ ਨਾਲਾ ਓਵਰਫਲੋ ਕਰ ਰਿਹਾ, ਸੀਵੇਜ ਡਿਸਪੋਜ਼ਲ ਸਿਸਟਮ ਜਾਮ ਨੇ, ਸੜਕਾਂ ਟੁੱਟ ਰਹੀਆਂ ਨੇ, ਲੁਧਿਆਣੇ ਦੀ ਜਨਤਾ ਤਰਾਹੀ ਤਰਾਹੀ ਕਰ ਰਹੀ ਹੈ। ਨੌਜਵਾਨ ਰੁਜ਼ਗਾਰ ਕਮਾਉਣ ਜਾਂਦੇ ਨੇ, ਇਹ 2 ਬਾਰਿਸ਼ਾਂ ਦੇ ਨਾਲ ਡਿਸਪੋਜ਼ਲ ਸਿਸਟਮ ਨਾ ਹੋਣ ਕਾਰਨ ਸੜਕ 'ਤੇ ਖੜ੍ਹੇ ਪਾਣੀ ਦੇ ਵਿੱਚ ਕਰੰਟ ਆਉਂਦਾ, ਔਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਚਿਰਾਗ ਜਿਹੜਾ ਹੈ ਉਹ ਬੁੱਝ ਜਾਂਦਾ, ਉਹ ਰੋਟੀ ਕਮਾਉਣ ਗਿਆ, ਲੇਕਿਨ ਇਹ ਕਾਰਪੋਰੇਸ਼ਨ ਦੇ ਅਫਸਰਾਂ ਦੀ ਨਲਾਇਕੀ ਦੀ ਭੇਟ ਚੜ੍ਹ ਗਿਆ। ਇਸ ਦੇ ਵਿਰੋਧ ਦੇ ਵਿੱਚ ਅੱਜ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਹਜ਼ਾਰਾਂ ਵਰਕਰਾਂ ਨੇ ਇੱਥੇ ਇਕੱਠਾ ਹੋ ਕੇ ਇਹ ਰੋਸ ਪ੍ਰਦਰਸ਼ਨ ਕੀਤਾ ਔਰ ਤਾਲਾਬੰਦੀ ਕੀਤੀ ਹੈ। ਅੱਜ ਤੋਂ 3 ਵਰੇ ਪਹਿਲਾਂ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਲੁਧਿਆਣਾ ਨਗਰ ਨਿਗਮ ਦੀ ਤਾਲਾਬੰਦੀ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਸੀ ਜਦੋਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ ਔਰ ਵਿਕਾਸ ਦੇ ਕੰਮ ਬੁਲੰਦੀਆਂ 'ਤੇ ਸਨ, ਲੇਕਿਨ ਕਾਂਗਰਸ ਸਰਕਾਰ ਆਉਂਦਿਆਂ ਹੀ
ਉਹ ਵਿਕਾਸ ਜਿਹੜਾ ਕੀਤਾ ਸੀ ਉਸ ਨੂੰ ਵਿਨਾਸ਼ ਵਿੱਚ ਬਦਲਣ ਦਾ ਠੇਕਾ ਇਹਨਾਂ ਨੇ ਲੈ ਲਿਆ। ਅੱਜ ਪੁੱਲ ਟੁੱਟ ਰਹੇ ਨੇ, ਸੜਕਾਂ ਦੀ ਮੇਨਟੇਨੈਂਸ ਨਹੀਂ ਹੈ, ਬਹੁਤ ਬੁਰਾ ਹਾਲ ਹੈ। ਇੱਕ ਥੈਲਾ ਸੀਮਿੰਟ ਨਹੀਂ ਹੈ ਇਹਨਾਂ ਕੋਲ ਰਿਪੇਅਰ ਕਰਨ ਜੋਗਾ। ਇਹ ਬਹੁਤ ਘਟੀਆ ਕਾਰਗੁਜ਼ਾਰੀ ਲੁਧਿਆਣਾ ਨਗਰ ਨਿਗਮ ਦੀ ਹੈ, ਜਿਸ ਦੇ ਵਿਰੋਧ ਦੇ ਵਿੱਚ ਅੱਜ ਸੈਂਕੜੇ ਕਾਰਜਕਰਤਾ ਇੱਥੇ ਪਹੁੰਚੇ ਨੇ। ਲੁਧਿਆਣਾ ਪੁਲਿਸ ਨੇ ਬਹੁਤ ਵੱਡੇ ਵੱਡੇ ਬੈਰੀਕੇਡ ਲਾ ਕੇ, ਸੈਂਕੜਿਆਂ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਪੁਲਿਸ ਮੁਲਾਜ਼ਮ ਲਾ ਕੇ ਇਹ ਲੁਧਿਆਣੇ ਦੀ ਜਨਤਾ ਦਾ ਰਾਹ ਤਾਂ ਰੋਕਿਆ, ਲੁਧਿਆਣੇ ਦੇ ਵਿਕਾਸ ਦਾ ਰਾਹ ਤਾਂ ਰੋਕਿਆ। ਲੇਕਿਨ ਜੋ ਸਿਚੁਏਸ਼ਨ ਲੁਧਿਆਣੇ ਦੇ ਲਾਅ ਐਂਡ ਆਰਡਰ ਦੀ ਹੈ, ਜੋ ਡਰੱਗ ਮਾਫੀਆ ਹਾਵੀ ਹੈ, ਜੋ ਲੈਂਡ ਅਤੇ ਸੈਂਡ ਮਾਫੀਆ ਹਾਵੀ ਹੈ, ਉਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ। ਲੁਧਿਆਣਾ ਤੋਂ ਕੁਲਬੀਰ ਰਾਹੀ ਦੀ ਰਿਪੋਰਟ, ATV ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।